ਸਤਿਗੁਰ ਜੀ ਤੇਰਿਆਂ ਸਤਿਗੁਰ ਜੀ ਤੇਰਿਆਂ ਸਿਤਾਰਿਆਂ ਦੀ ਲੋੜ ਹੈ ਸਤਿਗੁਰ ਜੀ ਤੇਰਿਆਂ ਸਿਤਾਰਿਆਂ ਦੀ ਲੋੜ ਹੈ ਸਤਿਗੁਰ ਜੀ ਤੇਰਿਆਂ ਸਿਤਾਰਿਆਂ ਦੀ ਲੋੜ ਹੈ ਸਤਿਗੁਰ ਜੀ ਤੇਰਿਆਂ ਸਿਤਾਰਿਆਂ ਜੀ ਤੁਹਾਡੇ ਦਰਸ਼ਨਾਂ ਦੀ ਲੋੜ ਆ, ਤੁਹਾਡੇ ਦਰਾਰਿਆਂ ਦੀ ਲੋੜ ਆ, ਕਿਰਪਾ ਕਰੋ ਦਰਸ਼ਨ ਦਿਓ। ਜਦੋਂ ਅੰਦਰੋਂ ਅਰਦਾਸਾਂ ਹੋਈਆਂ ਨਾ, ਤੇ ਅੰਦਰੋਂ ਅਰਦਾਸ ਕਦੀ ਵਿਅਰਥ ਨਹੀਂ ਜਾਂਦੀ, ਬਿਰਤੀ ਕਦੇ ਨਾ ਹੋਵੇ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮਗਰ ਮੁਸ਼ਕਿਲ ਤੋਂ ਜੇ ਹੈ ਜੋ ਮੁਸ਼ਕਿਲ ਸੇ ਹੋਤੀ ਹੈ। ਅੰਦਰੋਂ ਅਰਦਾਸ ਬੜੀ ਮੁਸ਼ਕਿਲ ਹੁੰਦੀ। ਜਦੋਂ ਅੰਦਰੋਂ ਅਰਦਾਸ ਹੋਈ ਤੇ ਰਾਮ ਲਾਲ ਨੂੰ ਸਤਿਗੁਰੂ ਜੀ ਨੇ ਇੱਥੇ ਹਵਾ ਲਾ ਦੇ ਦਰਸ਼ਨ ਦਿੱਤੇ, ਇਹਨੇ ਮੱਥਾ ਟੇਕਿਆ, ਨਿਹਾਲ ਹੋ ਗਿਆ, ਸਤਾਰ ਹੋ ਗਿਆ। ਮਹਾਰਾਜ ਜੀ ਕਹਿੰਦੇ ਦੱਸ ਨੇ ਕਿਉਂ ਯਾਦ ਕੀਤਾ? ਕਹਿੰਦੇ ਮਹਾਰਾਜ ਜੀ, ਅੱਜ ਜੇ ਤੁਹਾਡੇ ਦਰਸ਼ਨ ਨਾ ਹੁੰਦੇ ਤੇ ਮੇਰੇ ਨਿਤਨੇਮ ਵਿੱਚ ਨਾਗਾ ਪੈ ਜਾਣਾ ਸੀ। ਦੇਖੋ ਮਹਾਰਾਜ ਜੀ ਦੇ ਪਿਆਰੇ ਕਿੰਨਾ ਫਿਕਰ ਕਰਦੇ, ਕਹਿੰਦੇ ਨਿਤਨੇਮ ਚ ਨਾਗਾ ਨਾ ਪੈ ਜਾਣਾ, ਅੱਜ ਨਿਤਨੇਮ ਵਿੱਚ ਨਾਗਾ ਪੈ ਜਾਣਾ ਸੀ। ਮਹਾਰਾਜ ਜੀ ਕਹਿੰਦੇ ਅੱਛਾ, ਹੁਣ ਕੱਲ ਦਾ ਕੀ ਦੱਸਿਆ? ਮਹਾਰਾਜ ਜੀ ਇਹਨਾਂ ਨੇ ਭੁੱਖੇ ਸ਼ੇਰਾਂ ਦੇ ਸਾਹਮਣੇ ਸੁੱਟਣਾ। ਮਹਾਰਾਜ ਜੀ ਕਹਿੰਦੇ ਤੂੰ ਨਾ ਆਇਆ ਕਰ ਮੇਰੇ ਕੋਲ, ਕਹਿ ਦੇ ਉਹਨਾਂ ਨੂੰ ਮੈਂ ਨਹੀਂ ਜਾਂਦਾ। ਕਹਿੰਦੇ ਮਹਾਰਾਜ ਜੀ ਭੁੱਖੇ ਸ਼ੇਰਾਂ ਦੇ ਸਾਹਮਣੇ ਸੁੱਟ ਕੇ ਵੀ ਉਹਨਾਂ ਨੇ ਮਾਰਨਾ ਆ, ਜੇ ਤੁਹਾਡੇ ਚਰਨਾਂ 'ਚ ਆਉਣੋ ਰੋਗ ਤਾਂ ਵੀ ਮੈਂ ਮਰਨਾ ਹੀ ਆ, ਤਾਂ ਵੀ ਕਿਹੜਾ ਮੈਂ ਜੀਦਾ ਰਹਿਣ ਲੱਗਾ, ਤੁਹਾਡੇ ਵਿਛੋੜੇ ਦੇ ਦੁੱਖਾਂ 'ਚ ਮਰੂੰਗਾ। ਪਰ ਜਿੰਨਾ ਚਿਰ ਜੀਂਦਾ ਆ ਮੇਰੇ ਮਨ ਦਾ ਇੱਕ ਸੰਕਲਪ ਆ ਕਿ ਮੈਂ ਤੁਹਾਡੇ ਦਰਸ਼ਨ ਕਰੀ ਜਾਵਾਂ, ਕਰੀ ਜਾਵਾਂ, ਰੋਜ਼ ਇੱਕ ਵਾਰੀ ਤਾਂ ਦਰਸ਼ਨ ਕਰਾਂ ਨਾ। ਇਹ ਮੇਰੇ ਮਨ ਦੀ ਭਾਵਨਾ ਆ, ਮੇਰੇ ਮਨ ਦੀ ਇੱਛਾ ਆ। ਮਹਾਰਾਜ ਜੀ ਕਹਿੰਦੇ ਵੀ ਠੀਕ ਆ, ਕਹਿੰਦੇ ਵੀ ਹੁਣ ਅਸੀਂ ਤਾਂ ਚੱਲੇ ਹਾਂ, ਪਰ ਤੈਨੂੰ ਇੱਕ ਗੱਲ ਦੱਸ ਕੇ ਚੱਲੇ ਹਾਂ, ਜੇ ਤੂੰ ਮੌਤ ਤੋਂ ਨਹੀਂ ਨਾ ਡਰਦਾ ਤੇ ਕੱਲ੍ਹ ਨੂੰ ਫੇਰ ਵੀ ਅਸੀਂ ਤੈਨੂੰ ਮਰਨ ਨਹੀਂ ਲੈ, ਹੁਣ ਨਹੀਂ ਕੁਛ ਬਣਾ। ਕਹਿੰਦੇ ਮਹਾਰਾਜ ਜੀ ਪਰ ਮੇਰੀ ਇੱਕ ਇੱਛਾ, ਭਾਵੇਂ ਮੈਨੂੰ ਰੱਖ ਲਓ ਚਾਹੇ ਮਾਰ ਲਓ। ਇੱਥੇ ਜਿੰਨੇ ਹੈਗੇ ਨੇ ਇੱਕੋ ਹੀ ਗੱਲ ਕਹਿੰਦੇ ਆ ਕਿ ਰਾਮ ਲਾਲ ਤੂੰ ਗੁਰੂ ਨੀਚ ਧਾਰ ਲਿਆ, ਇੱਕ ਵਾਰੀ ਕੱਲ੍ਹ ਨੂੰ ਇੱਦਾਂ ਦਾ ਕੌਤਕ ਕਰ ਦਿਓ, ਮੇਰੇ ਜਿਉਂਦੇ ਜਿਉਂਦੇ ਕੱਲ੍ਹ ਨੂੰ ਮੇਰੇ ਮਰਨ ਤੋਂ ਪਹਿਲਾਂ ਇੱਦਾਂ ਦਾ ਕੌਤਕ ਕਰ ਦਿਓ ਕਿ ਇਹਨਾਂ ਨੂੰ ਪਤਾ ਲੱਗ ਜਾਵੇ ਕਿ ਰਾਮ ਲਾਲ ਦੇ ਗੁਰੂ ਜੀ ਦਾ ਵੱਡਾ ਕੋਈ ਹੋ ਰਿਹਾ ਨੇ। ਜੋ ਬੋਲੇ ਸੋ ਨਿਰਭੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ। ਮੜ ਕੇ ਭਾਵੇਂ ਮੈਂ ਮਾਰੀ ਜਾਵਾਂ, ਕੋਈ ਪਰਵਾਹ ਨਹੀਂ। ਮਹਾਰਾਜ ਜੀ ਕਹਿੰਦੇ ਤੇਰੀ ਇਹ ਵੀ ਇੱਛਾ ਪੂਰੀ ਹੋਊਗੀ ਤੇ ਤੈਨੂੰ ਹੁਣ ਵੀ ਨਹੀਂ ਕੁਛ ਦੇਣਾ।
ਅਗਲਾ ਦਿਨ ਹੋਇਆ, ਰਾਜੇ ਨੇ ਪੁੱਛਿਆ, ਕਹਿੰਦੇ ਰਾਮ ਲਾਲ ਮੰਨ ਲਾ ਪਿਆ? ਕਹਿੰਦਾ ਜੀ ਨਹੀਂ, ਵੱਡੀ ਗਰਾਊਂਡ ਹੈ, ਨੀਵੇਂ ਥਾਂ ਤੇ ਬਣੀ ਹੋਈ, ਉੱਥੇ ਰਾਮ ਲਾਲ ਨੂੰ ਖੜੇ ਕੀਤਾ, ਸਾਰੇ ਪਾਸੇ ਭਟੋਰਾ ਦੇ ਰਿਹਾ ਸੀ, ਸਾਰਾ ਸ਼ਹਿਰ ਇਕੱਠਾ ਹੋ ਗਿਆ ਦੇਖਣ ਵਾਸਤੇ, ਉਧਰੋਂ ਭੁੱਖੇ ਸ਼ੇਰਾਂ ਨੂੰ ਛੱਡਿਆ ਭੱਜੇ ਆਉਂਦੇ ਆ। ਰਾਜੇ ਦਾ ਮੰਤਰੀ ਕਹਿੰਦਾ ਵੀ ਜੇ ਕਿਸੇ ਨੇ ਰਾਮ ਲਾਲ ਦੀ ਮਦਦ ਕਰਨੀ ਉਹਦੀ ਵਿੱਚ ਆ ਸਕਦਾ, ਹੁਣ ਇੱਦਾਂ ਦੇ ਸਮੇਂ 'ਚ ਕੌਣ ਆਵੇ? ਇੱਦਾਂ ਦੇ ਸਮੇਂ 'ਚ ਤੇ ਗੁਰੂ ਆਉਂਦਾ। ਜੋ ਬੋਲੇ ਸੋ ਨਿਰਭੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ। ਸਤਿਗੁਰ ਅਰਦਾਸ ਮਹਾਰਾਜ ਜੀ ਰਾਮ ਲਾਲ ਦੇ ਮੋਹਰੇ ਆ ਕੇ ਖੜੇ ਹੋ ਗਏ। ਮਹਾਰਾਜ ਜੀ ਕਹਿੰਦੇ ਰਾਮ ਲਾਲ ਡਰ ਤਾਂ ਨਹੀਂ ਲੱਗਦਾ? ਕਹਿੰਦੇ ਮਹਾਰਾਜ ਜੀ ਜਿਹਨਾਂ ਦੇ ਸਾਹਮਣੇ ਤੁਸੀਂ ਖੜੇ ਹੋਵੋ ਉਹਨੂੰ ਡਰ ਤਾਂ ਲੱਗਦਾ? ਇਤਿਹਾਸ ਕਹਿੰਦਾ ਮੈਂ ਨਹੀਂ, ਸ਼ੇਰ ਆਏ ਆ ਸਤਿਗੁਰ ਜੀ ਦੀਆਂ ਤੇ ਰਾਮ ਲਾਲ ਦੀਆਂ ਦੋਵਾਂ ਦੀਆਂ ਪ੍ਰਕਰਮਾ ਕਰਨ ਲੱਗ ਪਏ, ਜਿਹੜੇ ਕਿਸੇ ਨੂੰ ਨਹੀਂ ਛੱਡਦੇ ਸੀ, ਅੱਜ ਮਹਾਰਾਜ ਜੀ ਦੀਆਂ ਤੇ ਮਹਾਰਾਜ ਜੀ ਦੇ ਪਿਆਰੇ ਦੀਆਂ ਪ੍ਰਕਰਮਾ ਕਰ ਰਹੇ, ਮੱਥਾ ਟੇਕ ਕੇ ਵਾਪਸ ਮੁੜ ਗਏ। ਜਦੋਂ ਕੌਤਕ ਰਾਜੇ ਨੇ ਦੇਖਿਆ, ਮੰਤਰੀ ਵਜ਼ੀਰਾਂ ਨੇ ਦੇਖਿਆ, ਉੱਥੇ ਦੀ ਸੰਗਤ ਨੇ ਦੇਖਿਆ, ਆ ਕੇ ਚਰਨਾਂ 'ਤੇ ਢਹਿ ਪਏ। ਕਹਿੰਦੇ ਮਹਾਰਾਜ ਜੀ ਅਸੀਂ ਕਹਿੰਦੇ ਸੀ ਜਿਹੜੇ ਬਹੁਤੇ ਆ ਉਹ ਸੱਚ ਬੋਲਦੇ ਆ, ਪਰ ਅੱਜ ਪਤਾ ਲੱਗਾ ਕੱਲਾ ਸੂਰਮਾ ਜਿਹੜਾ ਤੁਹਾਡਾ ਰਾਮ ਲਾਲ ਆ ਉਹ ਸੱਚਾ ਸੀ, ਬਾਕੀ ਝੂਠੇ ਸੀ। ਜੋ ਬੋਲੇ ਸੋ ਨਿਰਭੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ। ਰਾਮ ਲਾਲ ਨੂੰ ਇੰਨਾ ਚਾਅ ਚੜਿਆ, ਜਦੋਂ ਸਾਰੇ ਨੇ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਨਮਸਕਾਰਾਂ ਕੀਤੀਆਂ ਨਾ, ਇੰਨਾ ਖੁਸ਼ ਆ ਅੰਦਰ। ਕਹਿੰਦਾ ਸਤਿਗੁਰੂ ਜੀ ਅੱਜ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਰਾਮ ਲਾਲ ਦੇ ਗੁਰੂ ਜੀ ਵਰਗਾ ਹੋਰ ਕੋਈ ਹੈ। ਜੋ ਬੋਲੇ ਸੋ ਨਿਰਭੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ। ਅੱਜ ਪਤਾ ਲੱਗ ਗਿਆ ਕਿ ਰਾਮ ਲਾਲ ਗਲਤ ਥਾਂ ਤੇ ਨਹੀਂ, ਰਾਮ ਲਾਲ ਸਹੀ ਥਾਂ ਤੇ ਜਾਂਦਾ ਹੈ। ਐਸੇ ਅੰਗਰਾਂ ਤੋਂ ਮੈਂ ਮਾਰੇ ਮਾਰੇ ਜਾ, ਰਾਮ
ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਜੀ ਅੱਜ ਮੇਰਾ ਬਹੁਤ ਅੰਦਰ ਖੁਸ਼ ਹੈ, ਬਹੁਤ। ਅੱਜ ਦੇਖੋ ਮਹਾਰਾਜ ਜੀ ਹਰ ਪਾਸੇ ਕੋਈ ਗੂੰਜਿਆ ਪੈ ਰਹੀ ਹੈ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਜੈ ਕਰਦੀ ਹੈ, ਜੋ ਬੋਲੇ ਸੋ ਮਿਲਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ ਹੋ ਰਹੀ ਹੈ ਜੀ ਤੇਰੀ ਜੈ ਜੈ ਹੋ ਰਹੀ ਹੈ ਜੀ ਤੇਰੀ ਜੈ ਜੈਕਾਰ 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 ਜੈ ਜੈਕਾਰ ਤੇਰੀ ਜੈ ਅੱਜ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੁੰਦੀ, ਅੱਜ ਰਾਮ ਲਾਲ ਦੀ ਵੀ ਜੈ ਜੈਕਾਰ ਹੁੰਦੀ, ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਦੀ ਜੈ। ਬਾਬ ਸਾਹਿਬ ਸਤਿਗੁਰੂ ਜੀ ਬੇਅੰਤ ਸੰਗਤਾਂ ਫੁੱਲਾਂ ਦੀ ਵਰਖਾ ਕਰ ਰਹੀਆਂ, ਰਾਮ ਲਾਲ ਵੀ ਨਾਲ ਆ ਰਿਹਾ, ਬੜਾ ਖੁਸ਼ ਹੈ, ਬੜਾ ਆਨੰਦ ਰਚ ਰਿਹਾ। ਮਹਾਰਾਜ ਜੀ ਕਹਿੰਦੇ ਰਾਮ ਲਾਲ ਹੁਣ ਦੱਸ ਹੋਰ ਕੀ ਚਾਹੀਦਾ, ਕਹਿੰਦੇ ਮਹਾਰਾਜ ਜੀ ਜਿੱਦਾਂ ਹੁਣ ਡੋਲਣ ਤੋਂ ਬਚਾਇਆ ਮੈਂ, ਡੋਲ ਸਕਦਾ ਸੀ ਮੈਂ, ਬਚਾਉਣ ਵਾਲੇ ਤੁਸੀਂ ਆ, ਇਹ ਮਨ ਤਾਂ ਕੀ ਹੁੰਦਾ ਕਿੱਥੇ ਡਿੱਗ ਪੈਣਾ, ਬਚਾਉਣ ਵਾਲੇ ਤੁਸੀਂ ਆ, ਮੈਨੂੰ ਡੋਲਣ ਤੋਂ ਬਚਾਇਆ ਜਿੱਦਾਂ ਮਹਾਰਾਜ ਜੀ, ਹੁਣ ਅੱਗੇ ਵੀ ਇੱਦਾਂ ਹੀ ਐਸਾ ਮੇਰਾ ਭਰਿਆ ਹੱਥ ਸਿਰ 'ਤੇ ਰੱਖਿਓ ਕਿ ਮਨ ਡੋਲੇ ਨਾ, ਮਨ ਅਡੋਲ ਹੀ ਰਵੇ, ਤੁਹਾਡੇ ਚਰਨਾਂ ਨਾਲ ਜੁੜਿਆ ਹੀ ਰਵੇ, ਜੋ ਬੋਲੇ ਸੋ ਨਿਰਭੈ ਹੱਥ ਸਿਰ ਤੇ ਰੱਖਿਓ ਜੀ ਸਿਰ ਦੇ ਰੱਖਿਓ ਜੀ ਕਿਤੇ ਮੈਂ ਡੋਲ ਨਾ ਜਾਵਾਂ, ਹੱਥ ਸਿਰ ਦੇ
ਜਿਹਨੂੰ ਬਾਹਰ ਲਾ ਕੇ ਫਿਰ ਅੰਦਰ ਹੀ ਬੈਠਾ ਹੈ। ਆਓ ਆਖਰੀ ਧਾਰਨਾ ਲਾ ਕੇ ਹੁਣ ਸਮਾਪਤੀ ਕਰੀਏ। ਜਿਹਦੀਆਂ ਭਾਰਤ ਲਾਸ਼ਾਂ ਕਰਦੇ ਉਹ ਤੇਰੇ ਅੰਦਰ ਵਸਦਾ ਹੈ। ਉਹ ਤੇਰੇ ਅੰਦਰ ਵਸਦਾ ਏ, ਉਹ ਤੇਰੇ
ਸਾਏ ਉਹ ਤੇਰੇ ਅੰਦਰ ਵਸਦਾ ਏ, ਹਾਂ ਅੰਦਰ ਵਸਦਾ ਏ, ਮੈਨੂੰ ਭੇਤ ਨਾ ਦੱਸਦਾ ਏ, ਅੰਦਰ ਵਸਦਾ ਏ, ਮੈਨੂੰ ਭੇਤ ਨਾ ਦੱਸਦਾ ਏ, ਅੰਦਰ ਵਸਦਾ ਏ, ਭੇਤ ਨਾ ਦੱਸਦਾ ਏ। ਜਿਹਦੀਆਂ ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ, ਜਿਹਦੀਆਂ ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ, ਜਿਹਦੀਆਂ ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ, ਜਿਹਦੀਆਂ ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ, ਜਿਹਦੀਆਂ ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ, ਭਾਰਤ ਲਾਸ਼ਾਂ ਕਰਦੇ ਹੋ ਤੇਰੇ ਅੰਦਰ ਵਸਦਾ ਏ। ਸਤਿਗੁਰੂ ਜੀ ਕਿਰਪਾ ਕਰ ਸਾਡੀਆਂ ਤੁਹਾਡੀਆਂ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪ੍ਰਵਾਨ ਕਰਨ ਚ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ ਲੈਣ, ਅੱਗੇ ਤੋਂ ਸਮਤ ਸੁਚੀ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਆਪਣਾ ਮੇਰਾ ਭਰਿਆ ਹੱਥ ਆਪਣੇ ਸਾਰਿਆਂ ਦੇ ਸਿਰ 'ਤੇ ਰੱਖਣ, ਆਪਣਾ ਇੱਥੇ ਵੱਡਿਆਂ ਵਡੇਰਿਆਂ ਜਠੇਰਿਆਂ ਦੇ ਪਾਵਨ ਸਥਾਨਾਂ 'ਤੇ ਆਇਆ ਸਫਲਾ ਹੋਵੇ, ਸਾਨੂੰ ਹੋਰ ਸਿੱਖ ਮਤ ਆਵੇ, ਸਾਡੇ ਗਿਆਨ ਵਿੱਚ ਵਾਧਾ ਹੋਵੇ। ਮੈਂ ਹਰੇਕ ਇਹ ਸਤਸੰਗ ਮੈਂ ਜਿੱਥੇ ਵੀ ਪਾਵਨ ਸਥਾਨ ਜਠੇਰਿਆਂ 'ਤੇ ਹੁੰਦਾ ਨਾ ਸਤਸੰਗ, ਮੈਂ ਉੱਥੇ ਬੇਨਤੀ ਕਰਦਾ ਹੁੰਦਾ ਕਿ ਜਿੱਦਾਂ ਆਪਾਂ ਇੱਥੇ ਪਹੁੰਚਦੇ ਹਾਂ ਇਸੇ ਤਰੀਕੇ ਨਾਲ ਜਿੱਦਾਂ ਆਪਾਂ ਜਠੇਰਿਆਂ ਵੱਡਿਆਂ ਵਡੇਰਿਆਂ ਦਾ ਸਤਿਕਾਰ ਕਰਦੇ ਹਾਂ, ਉਸੇ ਤਰ੍ਹਾਂ ਜਿਹੜੇ ਹਰੇ ਜਠੇਰੇ ਸਾਡੇ ਜਿਉਂਦੇ ਜਾਗਦੇ ਬਜ਼ੁਰਗ ਆ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਅਤੇ ਸਾਡਾ ਇੱਥੇ ਆਇਆ ਵੀ ਸਫਲਾ ਤਾਂ ਹੀ ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਸੋ ਹੁਣ ਪਿਆਰੀ ਉੱਥੇ ਸਮਾਪਤੀਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਪ੍ਰਬੰਧਕ ਵੀਰ ਅਗਲਾ ਪ੍ਰੋਗਰਾਮ ਤੁਹਾਨੂੰ ਹੁਣ ਸਰਵਣ ਕਰਾਉਣਗੇ ਜੀ, ਆਓ ਜਕਾਰੇ ਦੇ ਨਾਲ ਆਪਾਂ ਸਮਾਪਤੀ ਕਰਨੀ ਆ। ਸਾਰੀਆਂ ਸੰਗਤਾਂ ਜਿਹੜੀਆਂ ਹੁਣ ਤੱਕ ਨਹੀਂ ਬੋਲੀਆਂ ਹੁਣ ਗੱਜ ਮੱਜ ਕੇ ਹਾਜ਼ਰੀ ਭਰਿਓ ਜੀ। ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ ਗੱਡੂ ਗੋਦ ਜਠੇਰਿਆਂ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਅੱਜ ਜਠੇਰਿਆਂ ਦਾ ਮੇਲਾ ਜੀ, ਗੱਡੂ ਗੋਦ ਜਠੇਰਿਆਂ ਦਾ, ਅਤੇ ਤੁਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਸ਼ਬਦਾਂ ਦਾ ਆਨੰਦ ਮਾਣਿਆ ਜੀ। ਧੰਨ ਹੈ ਅੱਜ ਜਿਹੜੀ ਵੀ ਸੰਗਤ ਗੱਡੂ ਜਠੇਰਿਆਂ ਦੇ ਮੇਲੇ 'ਤੇ ਅੱਜ ਬਿਰਾਜਮਾਨ ਹੋਈ ਆ, ਉਹਨਾਂ ਦਾ ਸਾਰੀ ਸੰਗਤ ਦਾ ਇੱਕ ਇੱਕ ਕਦਮ ਸਿਰ ਮੱਥੇ। ਸੋ ਕਮੇਟੀ ਵੀ ਤਹਿ ਦਿਲੋਂ ਸਾਰੀ ਸੰਗਤ ਦਾ
ਧੰਨਵਾਦ ਕਰਦੀ ਆ ਕਿ ਸਵੇਰ ਤੋਂ ਠੰਡੇ ਜਲ ਪਾਣੀ ਦੀਆਂ ਸਵੀਲਾਂ ਲੱਸੀ ਦੀਆਂ ਸਵੀਲਾਂ ਹੋਰ ਅਨੇਕਾਂ ਪ੍ਰਕਾਰ ਦੀਆਂ ਸਵੀਲਾਂ ਜਿਹੜੀਆਂ ਉਹ ਚੱਲੀਆਂ ਸਨ ਤੋਂ ਅਜੇ ਤੱਕ ਚੱਲਦੀਆਂ ਹਨ ਅਤੇ ਚਾਹ ਪਕੌੜੇ ਦਾ ਲੰਗਰ ਵੀ ਟੁੱਟ ਵਰਤਾਇਆ ਜਾਂਦਾ ਅਜੇ ਤੱਕ ਵੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੁੰਦੀਆਂ ਕੋਈ ਇੱਕ ਬੰਦਾ ਵੱਡਾ ਨਹੀਂ ਹੁੰਦਾ ਕੋਈ ਪ੍ਰਧਾਨ ਵੱਡਾ ਨਹੀਂ ਹੁੰਦਾ ਪ੍ਰਧਾਨ ਦਾ ਕੰਮ ਦਿੱਤਾ ਸੇਵਾ ਕਰਨਾ ਹੁੰਦਾ ਉਦਮ ਕਰਨਾ ਹੁੰਦਾ ਅਤੇ ਅਗਾਂਹ ਵੱਲੋਂ ਸੋਚ ਰੱਖਣੀ ਹੁੰਦੀ ਆ ਕਿਆ ਬਾਤ ਕਿਆ ਬਾਤ ਸਾਥੀ ਗੱਡੂਕੋਟ ਥੇਰਾ ਤੋਂ ਲਾਈਵ ਸੀਰਾ ਦਿਖਾ ਰਹੇ ਹਾਂ ਚਲੋ ਪਰਮਾਤਮਾ ਦੀ ਮਿਹਰ ਹੋਈ ਹੈ ਆਪਣੇ 24 ਘੰਟੇ ਦੀ ਮਿਹਰ ਸਾਡਾ ਫੋਨ ਲਾ ਲਾ ਲੱਗਿਆ ਨਹੀਂ ਪਰਸੋਂ ਚੋਦੇ ਇਹ ਕਿਹੜਾ ਦਵਾਈ ਵਾਲਾ ਆਹੇ 22 20 ਤੇ ਤੁਸੀਂ ਮੈਨੂੰ ਮੈਂ ਦੂਸਰਾ ਫੋਨ ਲਾਉਣਾ ਸੀਗਾ ਇੰਡੀਆ ਵਾਲਾ ਵੀ ਹੈਗਾ ਤੁਹਾਨੂੰ ਵੀ ਦਿੱਕ ਜਾਣਾ ਤੁਹਾਨੂੰ ਕੋਈ ਨਹੀਂ ਵਿੱਚ ਬਹੁਤ ਜ਼ਰੂਰੀ ਹਨ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਬੇਨਤੀ ਸੁਣਤੀ ਆ ਅਤੇ ਜਦੋਂ ਆਪਾਂ ਕਰਨਾ ਦੁੱਧ ਦਾ ਛਿੱਟਾ ਦਿੰਦੇ ਹਾਂ ਉਹ ਦੁੱਧ ਦਾ ਛਿੱਟਾ ਦੇਣ ਨਾਲ ਕੰਨਾਂ ਦਾ ਪੇਟ ਜਿਹੜਾ ਉਹ ਖਰਾਬ ਹੋ ਜਾਂਦਾ ਤਾਂ ਸਾਨੂੰ 1,00,000 ਖਰਚਣਾ ਪੈਂਦਾ 1,00,000 ਇਹ ਮਿਹਰਬਾਨੀ ਕਰਕੇ ਛਿੱਟਾ ਉਹਨੀ ਦੀ ਜਗ੍ਹਾ ਜਦੋਂ ਤਾਂ ਜਾਵੇ ਤਾਂ ਜ਼ਿਆਦਾ ਧੰਨਵਾਦ ਹੋਊਗਾ ਸਾਡੇ ਦਾ ਭਾਈ ਪਾਣੀ ਦੇ ਮਤਲਬ ਪਾਣੀ ਭਾਈ ਖੋਲੀ ਮਾੜੀ ਯਾਰ ਹੋਇਆ
ਆਪਾਂ ਚੱਲਣਾ ਪੈਸੇ ਦੇ ਹਿਸਾਬ ਦਾ, ਜੋ ਪੈਸਾ ਜਿਹੜਾ ਆਪਣਾ ਅੱਜ ਦਾ ਜਿਹੜਾ ਲਗਭਗ 14 ਲੱਖ ਸਤਿ ਆਓ, ਤੁਹਾਨੂੰ ਦਰਸ਼ਨ ਕਰਾਈਏ ਗੱਡੀ ਗੋਜ ਠੇਰਾਂ ਦੇ ਜਗ੍ਹਾ ਦਾ ਜੀ। ਸੰਗਤ ਦੇ ਸਹਿਯੋਗ ਨਾਲ ਜੋ ਜੋ ਚੀਜ਼ਾਂ ਇੱਥੇ ਚਾਹੀਦੀਆਂ ਸੀ, ਸਤਿ ਤੁਹਾਨੂੰ ਲਾਈਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਜੀ, ਜਠੇਰੇ ਗੱਡੂ ਗੋਤ ਪਿੰਡ ਹਾਟਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ। ਅੱਜ ਗੱਡੂ ਗੋਜ ਠੇਰਿਆਂ ਦਾ ਮੇਲਾ ਹੈ ਸਾਥੀਓ, ਅਤੇ ਤੁਹਾਨੂੰ ਸਤਿਗੁਰਾਂ ਦੇ ਦਰਬਾਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਹਾਂ। ਦੇਖੋ ਬਹੁਤ ਖੂਬਸੂਰਤ ਦਰਬਾਰ ਹੈ ਜੀ, ਅਤੇ ਆਓ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਜੀ ਗੱਡੂ ਗੋਜ ਠੇਰਿਆਂ ਦੇ। ਸੱਚ ਤੁਸੀਂ ਲਾਈਵ ਤਸਵੀਰਾਂ ਦੇਖਦੇ ਪਏ ਹੋ ਗੱਡੀ ਕੋਲ ਠੇਰਿਆਂ ਤੋਂ ਜੀ, ਨੰਗਾ ਨੰਗਾ ਪਤਾ ਨੰਗਾ ਸਾਧੂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ। ਸਭ ਤੋਂ ਪਹਿਲਾਂ ਆ ਗਿਆ ਇੱਕ ਵਜੇ ਤੋਂ ਬਣਾ ਕੇ ਸਾਥੀਓ ਗੱਡੂ ਗੋਲ ਠੇਰ ਰਹੇ, ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਲਾਈਵ। ਸਾਥੀਓ ਗੱਡੂ ਗੋਤ ਜਠੇਰਿਆਂ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੀ, ਅੱਜ ਜਠੇਰਿਆਂ ਦਾ ਮੇਲਾ ਸੀਗਾ। ਦੇਖ ਸਕਦੇ ਬਾਬੇ ਦੂਜੇ ਪੜਾ ਟਿੱਪਣੀਆਂ ਜ਼ਰੂਰ ਕਰਾਉਣੀਆਂ ਗੁਰਦਾਸ ਮਹਾਰਾਜ ਗੁਰੂ ਨਾਨਕ ਆਹੋ ਲਾਈਵ ਲਾਈਵ ਹੈ ਲਾਈਵ। ਗੁਰਦਾਸ ਮਹਾਰਾਜ ਕੀ ਜੈ, ਧੰਨ ਗੁਰੂ ਦੇਵ, ਜੈ ਭੀਮ।
ਜੈ ਭਾਰਤ। ਸਤਿਗੁਰ ਆਪ ਜੀ ਚੱਲ ਹੁਣ ਜੈ ਗੁਰਦੇਵ ਸਤਿ ਗੁਰਦੇਵ ਜਿਖਾਰਾ ਦਾ ਸੋਨੇ ਰੁਪਏ ਬਾਬੇ ਗੱਡੂ ਦਾ ਸੋਨੇ ਰੁਪਏ ਸਤਿਗੁਰ ਅਰਦਾਸ ਮਹਾਰਾਜ ਤਾਂ ਵੱਡੇ ਜਠੇਰੇ ਕਿਹੜੇ ਆ ਗੁਰੂ ਅਰਦਾਸ ਬੋਲੇ ਸੋਨੇ ਰੁਪਏ ਅਰਦਾਸ ਮਹਾਰਾਜ ਕੀ ਜੈ। ਸੰਗਤ ਜੀ ਇਹ ਦੇਖੋ ਸੇਵਾਦਾਰ ਤਿੰਨ ਚਾਰ ਦਿਨ ਪਹਿਲੋਂ ਦੇ ਆਏ ਹੋਏ ਆ ਦੇਖੋ ਆ ਸੇਵਾਵਾਂ ਨੇ ਮਾਰੇ ਲਾਡੀ ਸਾਡੀ ਸਾਈ ਜੀ ਸਾਥੀਓ ਇਹ ਗੱਡੂਕੋਟ ਸ਼ੇਰਾਂ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ। ਅੱਜ ਹੁਣ ਤੁਹਾਨੂੰ ਸੰਤਨ ਦਰਸ਼ਨ ਵੀ ਦਵਾਈਏ ਸਾਡੀ ਸੇਵਾ ਜਨਾ ਸਭ ਤੋਂ ਵੱਡੀ ਆ। ਦੇਖੋ ਸਾਡੇ ਸਤਿਕਾਰਯੋਗ ਸਾਥੀ ਮਿਸ਼ਨਰੀ ਸਾਥੀ ਜਿਹੜੇ ਆ ਦੇਖੋ ਸੇਵਾਵਾਂ ਨਿਭਾ ਰਹੇ ਆ ਸਾਥੀਓ। ਇਹ ਉਹ ਮਹਾਂਪੁਰਸ਼ ਹਨ ਜਿਹੜੇ ਇੱਥੇ ਗੱਡੂਗੋਲ ਜਠੇਰਿਆਂ ਦੇ ਵਿਖੇ ਸੇਵਾਵਾਂ ਨਿਭਾਉਂਦੇ ਹੁੰਦੇ ਸੀਗੇ। ਸੋ ਇਹਨਾਂ ਦੀ ਜ਼ਮੀਨ ਦੇ ਵਿੱਚ ਹੀ ਜਿਹੜੇ ਗੱਡੂਗੋਲ ਜਠੇਰਿਆਂ ਦੇ ਜਿਹੜਾ ਜੀ ਜੀ ਸਾਥੀਓ ਇਹਨਾਂ ਦੇ ਹੀ ਜਗ੍ਹਾ ਦੇ ਵਿੱਚ ਜਿਹੜਾ ਗੱਡੂਗੋਲ ਜਠੇਰਿਆਂ ਦੇ ਜਿਹੜਾ ਇੱਥੇ ਬਣੀ ਹੋਈ ਹੈ ਇਹਨਾਂ ਨੇ ਬਹੁਤ ਜਿਹੜੀਆਂ ਸੇਵਾਵਾਂ ਜਿਹੜੀਆਂ ਕੀਤੀਆਂ ਹਨ ਇਹਨਾਂ ਦੀ ਹੀ ਜਗ੍ਹਾ ਵਿੱਚ ਜਠੇਰੇ ਸੀਗੇ ਔਰ ਇਹਨਾਂ ਨੇ ਬਹੁਤ ਸਾਰੀ ਜਗ੍ਹਾ ਜਿਹੜੀ ਆ ਗੱਡੂਗੋਲ ਜਠੇਰਿਆਂ ਦਿੱਤੀ ਹੈ ਅਤੇ ਤੁਸੀਂ ਦੇਖ ਸਕਦੇ ਲਾਈਵ ਤਸਵੀਰਾਂ ਜੀ ਅਤੇ ਸੰਗਤ ਇੱਕ ਇੱਕ ਕਦਮ ਚੱਲ ਕੇ ਸਾਡੇ ਵੱਡੇ ਵਡੇਰਿਆਂ ਦੇ ਸਥਾਨ ਤੇ ਚੱਲ ਕੇ ਆਈ ਆ ਉਹਨਾਂ ਦੀਆਂ ਮਨੋਕਾਮਨਾ ਪਰਮਾਤਮਾ ਪੂਰੀਆਂ ਕਰੇ ਤਾਂ ਅੱਗੇ ਤੋਂ ਉਹ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਜਿਹੜੀ ਵੀ ਸੇਵਾ ਕੀਤੀ ਆ ਉਹ ਜਿਹੜੀਆਂ ਮਨੋਕਾਮਨਾ ਜਿਹੜੀਆਂ ਪਰਮਾਤਮਾ ਨਾਲ ਦੀਆਂ ਪੂਰੀਆਂ ਕਰੇ ਇਸੇ ਤਰ੍ਹਾਂ ਸਾਡੇ 28,000 ਰੁਪਇਆ ਕੋਕਦਾਨ ਉਹ ਵੀ ਪ੍ਰਾਪਤ ਹੋਇਆ ਸਭ ਤੋਂ ਤਰੀਕਾ ਤੋਂ ਪਾਣੀ ਦੀ ਸੇਵਾ ਬਿਲਕੁਲ ਚੱਲਦੀ ਪਈ ਹੈ ਲੰਗਰ ਜਿਹੜਾ ਉਹ ਟੁੱਟ ਬਾਟੇਗਾ ਇਸੇ ਜਗ੍ਹਾ ਤੇ। ਪਹਿਲਾਂ ਮੈਂ ਬੱਚਾ ਗੱਡੂ ਫੈਮਲੀ ਤੋਂ ਪੜੋਵਾਲ ਤੋਂ
ਇਹ ਦੋ ਹੀ ਮੈਂ ਕਲਾਉਂਗਾ, ਉਸ ਤੋਂ ਬਾਅਦ ਇਹ ਮੈਂ ਦੁਬਾਰਾ ਦੋ ਮਿੰਟ ਦੇ ਵਿੱਚ ਸਾਰੀ ਕਰੂੰਗਾ। ਦੋ ਮਿੰਟ ਲਈ ਸੱਤ ਦੇ ਦਰਬਾਰ ਸਾਰਿਆਂ ਨੂੰ ਪਾਣੀ ਦੇ ਨਾਲ ਜਾਂ ਇਹਦੇ ਤੋਂ ਕੋਈ ਆਪਣੀ ਕਲਾ ਹੋਣੀ ਗਗਨ ਆਪ ਹੀ ਕਿੱਧਰ ਦੇ ਗਗਨ ਪਹਿਲਾਂ ਨਹੀਂ ਤੇ ਲੈ ਲੈਣਾ ਕਰਦੇ ਹੈਗੇ ਆ ਠੰਡਾ ਅੱਗੇ ਜਿਹੜਾ ਵੀ ਕੰਮ ਕਰਨਾ ਕੋਈ ਆਈਡੀਆ ਦੇ ਸਕਦਾ ਵੀ ਆਪਾਂ ਸੈਂਡ ਬਣਾਉਣੀ ਆ ਜਿੰਨਾ ਕੁ ਪੈਸਾ ਇਕੱਠਾ ਹੈਗਾ ਉਹ ਆਪਾਂ ਨੂੰ ਕਮੇਟੀ ਜਿਹੜਾ ਸੁਝਾ ਦੇ ਸਕਦਾ ਜਾਂ ਅੱਗੇ ਤੋਂ ਆਪਾਂ ਮੁੰਡਾ ਜਿਹੜਾ ਆ ਸਾਰੀ ਸੰਗਤ ਦੇ ਨਾਲ ਦੋ ਮਹੀਨੇ ਲਈ ਰੁਕੀ ਹੋ ਹੋ ਮੇਰੇ ਗੁਰੂ ਰਵਿਦਾਸ ਨੂੰ ਮੰਨਦੀ ਸੰਗਤ
ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਜਠੇਰੇ ਗੱਡੂ ਬੂਤ ਦਾ ਜਿਹੜਾ ਮੇਲਾ ਉਹ ਜੇਠ ਮਹੀਨੇ ਦੇ ਜੇਠੇ ਐਤਵਾਰ ਹੀ ਹੁੰਦਾ। ਉਹ ਆਪਾਂ ਜਿਹੜਾ ਇੱਕ ਫਲੈਕਸ ਜਿਹੜਾ ਬਾਹਰ ਗੇਟ 'ਤੇ ਲਾਇਆ ਉਹਦੀ ਫੋਟੋ ਜ਼ਰੂਰ ਖਿੱਚ ਲੈਣ ਤਾਂ ਕਿ ਸੰਗਤ ਨੂੰ ਜਿਹੜਾ ਉਹ ਪਤਾ ਲੱਗ ਜਾਵੇ ਵੀ ਜੇਠੇ ਐਤਵਾਰ ਜੇ ਸੰਗਰਾਂਦ ਵਾਲੀ ਦਿਨ ਐਤਵਾਰ ਆਉਂਦਾ ਤਾਂ ਉਦੋਂ ਅਗਲਾ ਐਤਵਾਰ ਹੋਊਗਾ ਜੇਠਾ। ਉਹ ਸਾਂਝੀ ਐਤਵਾਰ ਕਰਕੇ ਆਪਾਂ ਕਨਫਿਊਜ਼ ਹੋ ਜਾਈਦਾ ਵੀ ਕਿਹੜੇ ਦਿਨ ਮੇਲਾ। ਸੋ ਫਲੈਕਸ ਬੋਰਡ ਲਾ ਤਾ, ਉਹਦੀ ਫੋਟੋ ਖਿੱਚਣ ਜਾਇਓ ਤਾਂ ਆਪਾਂ ਨੂੰ ਪਤਾ ਹੋਊਗਾ ਜੇਠਾ ਐਤਵਾਰ ਕਿਹੜਾ ਆਊਗਾ। ਉੱਥੇ ਲਿਖਿਆ ਹੋਇਆ ਵੀ ਕਿਹੜਾ ਬਣੂਗਾ ਐਤਵਾਰ ਅਗਲਾ, ਜੇ ਸੰਗਰਾਂਦ ਵਾਲਾ ਸਾਂਝੀ ਆ ਤਾਂ ਅਗਲਾ ਐਤਵਾਰ ਹੋਊਗਾ ਜਿਹੜਾ ਜੇਠਾ ਹੋਊਗਾ। ਸੋ ਵੀਰਾਂ ਦੀ ਜਿਹੜੀ ਬੇਨਤੀ ਆ ਉਹ ਇਸ ਵੀ ਸੁਣ ਲਈ ਆ, ਫਿਰ ਇੱਕ ਵਾਰੀ ਸੁਣਾਂਗੇ ਅਗਲੇ ਮੇਲੇ ਤਾਈਂ ਜੋ ਰਿਜ਼ਲਟ ਨਿਕਲਦਾ ਉਹ ਕੱਢ ਲਓਗੇ ਵੀ ਅੱਗੇ ਮੇਲਾ ਆਪਾਂ ਗਾਂਹ ਪਛਾਂ ਕਰਨਾ ਜਾਂ ਨਹੀਂ ਕਰਨਾ। ਫਿਲਹਾਲ ਉਹੋ ਹੀ ਆ ਜਿਹੜਾ ਚੱਲਦਾ ਆ ਆਪਣੇ। ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਕਤਾਰਾਂ ਦੇ ਵਿੱਚ ਬਹਿ ਕੇ ਗੁਰੂ ਦਾ ਜਿਹੜਾ ਲੰਗਰ ਆ, ਬੜੇ ਵਡੇਰਿਆਂ ਜਠੇਰਿਆਂ ਦਾ ਜਿਹੜਾ ਲੰਗਰ ਆ, ਪਿਆਰ ਅਤੇ ਸ਼ਰਧਾ ਦੇ ਨਾਲ ਛਕਣਾ। ਅਤੇ ਇੱਕ ਹੋਰ ਗੁੜੇ ਵਾਲੀ ਸੰਗਤ ਨੂੰ ਅਤੇ ਜਾਂ ਹੋਰ ਵੀ ਕੋਈ ਸੰਗਤ ਵਿੱਚ ਆ ਸਕਦੀ ਹੈ, ਜ਼ਰੂਰੀ ਨਹੀਂ ਗੁੜੇ ਵਾਲੀ। 20 ਜੂਨ ਨੂੰ ਗੁੜੇ ਸੰਤਾਂ ਮਹਾਂਪੁਰਸ਼ਾਂ ਦੇ ਸਥਾਨ 'ਤੇ ਮੇਲਾ, ਉੱਥੇ ਵੀ ਪਹੁੰਚ ਸਕਦੇ ਹਨ ਸਾਰੀ ਸੰਗਤ। ਸੋ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਆਪਣੇ ਮੁੰਡੇ ਆ ਜਿਹੜੇ ਸੇਵਾਦਾਰ ਆ ਉਹ ਮਿਹਰਬਾਨੀ ਕਰਕੇ ਆਪਣੇ ਜਿਹੜੇ ਥਾਲ ਆ ਉਹ ਲਾਈਨਾਂ ਦੇ ਵਿੱਚ ਵਰਤਾਉਣੇ ਸ਼ੁਰੂ ਕਰਨ ਅਤੇ ਅੱਗੇ ਦਾਲ ਪ੍ਰਸ਼ਾਦਾ ਖੀਰ ਸਾਰੀਆਂ ਚੀਜ਼ਾਂ ਹਰ ਇੱਕ ਵਿਅਕਤੀ ਨੂੰ ਜਿਹੜੀਆਂ ਉਹ ਪਹੁੰਚਦੀਆਂ ਕਰਨੀਆਂ। ਪਾਣੀ ਵੀ ਕਿਉਂਕਿ ਧੁੱਪ ਬਹੁਤ ਆ, ਪਾਣੀ ਦੀ ਲੋੜ ਸਭ ਤੋਂ ਵੱਧ ਹੈ। ਅਤੇ ਇੱਕ ਹੋਰ ਬੇਨਤੀ ਜਿਹੜੀ ਆ ਕਬੂਲ ਕਰਿਓ ਵੀ ਸਾਰੀ ਸੰਗਤ ਜਿਹੜੀ ਆ ਉਹ ਪ੍ਰਸ਼ਾਦ ਜ਼ਰੂਰ ਲੈ ਕੇ ਜਾਇਓ ਅੰਦਰੋਂ। ਪੈਕ ਕੀਤਾ ਹੋਣਾ ਬੱਚਿਆਂ ਨੇ ਲਿਫਾਫਾ ਜਿਹੜਾ ਉਹ ਫੜਾ ਲੈਣਾ, ਸਾਰੀ ਸੰਗਤ ਜ਼ਰੂਰ ਲੈ ਕੇ ਜਾਇਓ। ਸੋ ਆਈ ਹੋਈ ਸਾਰੀ ਸੰਗਤ ਦਾ ਕਮੇਟੀ ਵੱਲੋਂ ਗੱਡੂ ਜਠੇਰਿਆਂ ਦੀ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਜੈਕਾਰਾ ਗੱਡੂ ਜਠੇਰਿਆਂ ਦਾ, ਹੋਰ ਸੱਚੇ ਦਰਬਾਰ ਕੀ ਜੈ। ਪ੍ਰਧਾਨ ਪਹਿਲਾਂ ਹੀ ਖਾਣ ਲੱਗ ਪਏ। ਸਤਿ
ਉੱਥੇ ਹੁਣ ਲੰਗਰ ਵਰਤਾਇਆ ਜਾ ਰਿਹਾ, ਤੁਸੀਂ ਲਾਈਵ ਤਸਵੀਰਾਂ ਦੇਖਦੇ ਹੋ ਬਾਈ ਲੈਵਨ ਦੇ ਉੱਤੇ, ਅਤੇ ਬਹੁਤ ਪ੍ਰੋਗਰਾਮ ਜਿਹੜਾ ਹੋਇਆ ਜਿੱਥੇ